ਤੁਹਾਡਾ ਸਭ ਦਾ BBC ਪੰਜਾਬੀ ਫੇਸਬੁੱਕ ਲਾਈਵ 'ਤੇ ਸਵਾਗਤ ਹੈ। ਅੱਜ ਕੱਲ੍ਹ ਪੰਜਾਬ ਦੇ ਹਵਾਲੇ ਨਾਲ ਇੱਕ ਮੁੱਦਾ ਬਹੁਤ ਭਖਿਆ ਹੋਇਆ ਹੈ। ਪੰਜਾਬ ਦੇ ਵਿੱਚ ਧਾਨ ਦੀ ਖੇਤੀ ਇਸ ਵੇਲੇ ਵਾਢੀ ਦੇ ਵਿੱਚ ਪਈ ਹੋਈ ਹੈ। ਕੁਝ ਖੇਤਾਂ ਦੀ ਵਢਾਈ ਹੋ ਚੁੱਕੀ ਹੈ ਅਤੇ ਬਾਕੀ ਹਲੇ ਬਾਕੀ ਹੈ। ਇਸ ਦੌਰਾਨ ਸਭ ਤੋਂ ਅਹਿਮ ਮੁੱਦਾ ਇਹ ਹੈ ਕਿ ਜਿਹੜੀ ਨਾੜ ਹੈ ਧਾਨ ਦੀ, ਉਹਦਾ ਕੀ ਹੱਲ ਕੀਤਾ ਜਾਊਗਾ। ਇੱਕ ਪੱਖ ਇਹ ਹੈ ਕਿ ਉਹਦਾ ਕਈ ਤਰੀਕੇ ਨਾਲ ਹੱਲ ਕੀਤਾ ਜਾ ਸਕਦਾ ਅਤੇ ਬਿਨਾਂ ਅੱਗ ਲਾਏ ਗੁਜ਼ਾਰਾ ਹੋ ਸਕਦਾ। ਦੂਜਾ ਪੱਖ ਇਹ ਹੈ ਕਿ ਵੀ ਜਿਸ ਤਰੀਕੇ ਨਾਲ ਉਸ ਨਾੜ ਨੂੰ ਖੇਤ ਦੇ ਵਿੱਚ ਦੱਬਿਆ ਜਾਏਗਾ, ਉਹਦੀਆਂ ਕਈ ਮੁਸ਼ਕਲਾਂ ਹੋਣਗੀਆਂ ਅਤੇ ਕਿਸਾਨਾਂ ਨੂੰ ਬਹੁਤ ਮਹਿੰਗੀ ਪਏਗੀ। ਪਰ ਇਸ ਦੌਰਾਨ ਸਭ ਤੋਂ ਅਹਿਮ ਸਵਾਲ ਜੋ ਉੱਭਰ ਕੇ ਆਇਆ ਹੈ ਕਿ ਇਸ ਤਰੀਕੇ ਨਾਲ ਜਿਹੜੀ ਇਹ ਨਾੜ ਹੈ ਜਾਂ ਜਿਹੜੀ ਖੇਤੀ ਦੀ ਰਹਿੰਦ ਖੂੰਹਦ ਹੈ, ਉਹਦਾ ਕਿਸ ਤਰੀਕੇ ਨਾਲ ਨਿਪਟਾਰਾ ਕੀਤਾ ਜਾ ਸਕੇ ਕਿ ਇਹ ਚੁਗਰਦੇ ਨੂੰ ਵੀ ਕੋਈ ਨੁਕਸਾਨ ਨਾ ਕਰੇ ਅਤੇ ਮਨੁੱਖੀ ਸਿਹਤ ਨੂੰ ਵੀ ਕੋਈ ਨੁਕਸਾਨ ਨਾ ਕਰੇ। ਇਸ ਮੁੱਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਨੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਬਲਵੀਰ ਸਿੰਘ ਰਾਜੇਵਾਲ ਅਤੇ ਦੂਜੇ ਪਾਸੇ ਸਾਡੇ ਨਾਲ ਨੇ ਮਨਮੋਹਨ ਕਾਲੀਆ ਜੀ, ਜਿਹੜੇ ਖੇਤੀਬਾੜੀ ਵਿਭਾਗ ਦੇ ਜੁਆਇੰਟ ਡਾਇਰੈਕਟਰ ਨੇ। ਆਪਾਂ ਗੱਲ ਸ਼ੁਰੂ ਕਰਾਂਗੇ ਕਾਲੀਆ ਸਾਹਿਬ ਤੋਂ। ਕਾਲੀਆ ਜੀ, ਪੰਜਾਬ ਸਰਕਾਰ ਇਸ ਵੇਲੇ ਕਈ ਕਿਸਮ ਦਾ ਤਰਦਤ ਕਰ ਰਹੀ ਹੈ, ਕਈ ਕਿਸਮ ਦੇ ਬਿਆਨ ਅਸੀਂ ਅਖਬਾਰਾਂ ਦੇ ਵਿੱਚ ਪੜ੍ਹ ਰਹੇ ਹਾਂ। ਤੁਸੀਂ ਇਹ ਦੱਸੋ ਕਿ ਵੀ ਪੰਜਾਬ ਦੇ ਵਿੱਚ ਇਸ ਵੇਲੇ ਜਿਹੜੀ ਧਾਨ ਦੀ ਵਾਢੀ ਪੈ ਚੁੱਕੀ ਹੈ, ਕੁਝ ਖੇਤਾਂ ਦੇ ਵਿੱਚ ਜਿਹੜਾ ਹੈਗਾ ਉਹ ਨਾੜ ਨੂੰ ਅੱਗ ਲਗਾਈ ਜਾ ਰਹੀ ਹੈ, ਅਤੇ ਇਹਦਾ ਤੁਹਾਡੇ ਕੋਲ ਕੀ ਹੱਲ ਹੈ ਅਤੇ ਇਹ ਮਸਲੇ ਨੂੰ ਤੁਸੀਂ ਕਿਵੇਂ ਸਮਝਦੇ ਹੋ? ਕੋਈ ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹੁੰਦਾ ਵੀ ਪੰਜਾਬ ਸਰਕਾਰ ਆਪਣਾ ਜਦੋਂ ਦਾ ਇਹ NGT ਦਾ ਆਰਡਰ ਆਇਆ December 2015 ਦਾ, ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਆਪਣੇ ਐਫੀਡੈਵਿਟ ਦੇ ਵਿੱਚ ਇਹ ਆਪਣਾ ਸਬਮਿਟ ਕੀਤਾ ਸੀ ਵੀ ਪੰਜਾਬ ਦੀ ਜਿਹੜੀ ਖੇਤੀ ਹੈ ਚਾਵਲ ਦੀ ਰਵਾਇਤੀ ਖੇਤੀ ਨਹੀਂ ਹੈਗੀ। ਚਾਵਲ ਜਿਹੜਾ ਹੈ ਸਾਨੂੰ ਸਾਡੇ ਕਿਸਾਨ ਵੀਰਾਂ ਨੇ ਇਹ ਚੌਲ ਨੂੰ ਪੈਦਾ ਕਰਨਾ ਸਾਡੇ ਪੂਰੇ ਮੁਲਕ ਦੀ ਇੱਕ ਡਿਮਾਂਡ ਦੇ ਉੱਪਰ ਸ਼ੁਰੂ ਕੀਤਾ ਸੀ। ਜਦੋਂ 70-72 ਦੇ ਵਿੱਚ ਸਾਡੇ ਕੋਲ ਪੂਰੇ ਦੇਸ਼ ਦੇ ਵਿੱਚ ਅਨਾਜ ਦੀ ਕਮੀ ਪੈ ਗਈ ਸੀ, ਸਾਡੇ ਪੰਜਾਬ ਦੇ ਕਿਸਾਨਾਂ ਨੂੰ ਇਹ ਆਹਵਾਨ ਦਿੱਤਾ ਗਿਆ ਵੀ ਤੁਸੀਂ ਇਹ ਚੌਲ ਦੀ ਖੇਤੀ ਜਿਹੜੀ ਸ਼ੁਰੂ ਕਰੋ। ਇਹਨਾਂ ਨੇ ਅੱਗੇ ਵੱਧ ਕੇ ਬੜੀ ਮਿਹਨਤਾਂ ਕੀਤੀਆਂ ਔਰ ਚੌਲ ਜਿਹੜਾ ਕਿ ਸਾਡੀ ਜ਼ਮੀਨਾਂ ਚੌਲ ਵਾਲੀਆਂ ਨਹੀਂ ਸੀਗੀਆਂ, ਅਸੀਂ ਉਹਦੇ ਵਿੱਚ ਇਹਨਾਂ ਜ਼ਿਮੀਂਦਾਰਾਂ ਨੇ ਚਾਵਲ ਪੈਦਾ ਕਰਨਾ ਸ਼ੁਰੂ ਕੀਤਾ ਔਰ ਉਹਦੇ ਨਾਲ ਕਈ ਸਾਲਾਂ ਵਿੱਚ ਆਉਂਦੇ ਆਉਂਦੇ ਸਾਡੀ ਜ਼ਮੀਨ ਨੂੰ ਵੀ ਨੁਕਸਾਨ ਹੋਇਆ, ਸਾਡੇ ਧਰਤੀ ਹੇਠਲੇ ਪਾਣੀ ਨੂੰ ਵੀ ਨੁਕਸਾਨ ਹੋਇਆ। ਲੇਕਿਨ ਸਾਡਾ ਲਗਾਤਾਰ ਜਿਹੜੀ ਸਾਡੀ ਯੋਗਦਾਨ ਹੈ ਕੇਂਦਰੀ ਪੂਲ ਦੇ ਵਿੱਚ ਉਹ ਸਭ ਤੋਂ ਜ਼ਿਆਦਾ ਰਿਹਾ। 1-2 ਸੂਬੇ ਹੁਣ ਪਿਛਲੇ ਕੁਝ ਸਾਲਾਂ ਤੋਂ ਸਾਡੇ ਬਰਾਬਰ ਆ ਕੇ ਖੜ੍ਹੇ ਹੋਏ ਨੇ, ਨਹੀਂ ਤਾਂ ਸਾਡਾ ਚੌਲ ਜਿਹੜਾ ਹੈ ਭਾਰਤ ਦੇ ਵਿੱਚ ਆਪਣਾ ਤਕਰੀਬਨ 36% ਤੋਂ ਲੈ ਕੇ 48% ਤੱਕ ਵੀ ਯੋਗਦਾਨ ਦਿੰਦਾ ਆ ਗਿਆ ਪੰਜਾਬ। ਜਿਹੜੇ ਇਹ ਸਵਾਲ ਨੇ ਕਿ ਵੀ ਪੰਜਾਬ ਦਾ ਪੂਰੇ ਹਿੰਦੁਸਤਾਨ ਦੀ ਅੰਨ ਭੜੋਲੀ ਦੇ ਵਿੱਚ ਕੀ ਯੋਗਦਾਨ ਹੈ, ਉਹਦੇ ਬਾਰੇ ਸਭ ਦੀ ਸਹਿਮਤੀ ਆ, ਕਿਸਾਨ ਤੋਂ ਲੈ ਕੇ ਸਰਕਾਰ ਤੋਂ ਲੈ ਕੇ ਤਮਾਮ ਦੇਸ਼ ਦੇ ਵਿੱਚ। ਮਸਲਾ ਇਹ ਹੈ ਕਿ ਵੀ ਜਿਹੜੀ ਖੇਤੀ ਦੀ ਰਹਿੰਦ ਖੂੰਹਦ ਹੈ, ਖਾਸ ਤੌਰ ਦੇ ਉੱਤੇ ਧਾਨ ਦੀ ਜਿਹੜੀ ਰਹਿੰਦ ਖੂੰਹਦ ਹੈ, ਉਹਦਾ ਕਿਵੇਂ ਨਿਪਟਾਰਾ ਜਾਂ ਉਹਨੂੰ ਕਿਵੇਂ ਕਿਉਟਿਆ ਜਾਵੇ, ਇਹਦੇ ਬਾਰੇ ਜਿਹੜੇ ਸਰਕਾਰ ਨੂੰ ਇੱਕ ਜਿਹੜਾ ਨੋਟਿਸ ਆਇਆ ਸੀਗਾ ਉਹ ਇਸ ਗੱਲ ਨੂੰ ਇਸ ਕਰਕੇ ਸਾਂਝਾ ਕੀਤਾ ਸਾਰਿਆਂ ਦੇ ਨਾਲ ਵੀ ਪਿਛੋਕੜ ਦਾ ਪਤਾ ਹੋਣਾ ਬੜਾ ਜ਼ਰੂਰੀ ਹੈ ਵੀ ਜਿਹੜਾ ਸਾਡਾ ਚੌਲ ਪੈਦਾ ਕਰਨ ਦੇ ਨਾਲ ਅਸੀਂ 80-85 ਦੇ ਦੌਰਾਨ ਤੱਕ ਤਾਂ ਅੱਗ ਲਗਾਉਣ ਦਾ ਰੁਝਾਨ ਬਿਲਕੁਲ ਨਹੀਂ ਸੀ। ਜਿਵੇਂ ਜਿਵੇਂ ਵਿੱਚ ਇੱਦਾਂ ਦੀਆਂ ਕਿਸਮਾਂ ਆਉਂਦੀਆਂ ਗਈਆਂ ਜਿਨ੍ਹਾਂ ਦਾ ਪਰਾਲ ਜ਼ਿਆਦਾ ਸੀ, ਪਰਾਲੀ ਜ਼ਿਆਦਾ ਸੀ, ਲੇਕਿਨ ਉਹ ਝਾਗ ਵੀ ਜ਼ਿਆਦਾ ਦਿੰਦੀਆਂ ਸੀ, ਸਾਡੇ ਜ਼ਿਮੀਂਦਾਰ ਉਹ ਕਿਸਮਾਂ ਨੂੰ ਅਪਣਾਉਣ ਲੱਗ ਪਏ। ਉਹਦੇ ਨਾਲ ਮਸਲਾ ਆ ਗਿਆ ਵੀ ਇੰਨੇ ਜ਼ਿਆਦਾ ਨਾੜ ਨੂੰ ਕਿਵੇਂ ਸਾਂਭਿਆ ਜਾਏ। ਉਸ ਤੋਂ ਪਹਿਲਾਂ ਬਹੁਤੇ ਜ਼ਿਮੀਂਦਾਰ ਜਿਹੜੇ ਸੀ ਉਹ ਨਾੜ ਨੂੰ ਸੰਭਾਲ ਲੈਂਦੇ ਸੀਗੇ, ਕੁਛ ਹੱਥੀਂ ਵਾਢੀ ਹੁੰਦੀ ਸੀ। ਜਿੱਦਾਂ ਜਿੱਦਾਂ ਕੰਬਾਈਨਾਂ ਵਧੀਆਂ, ਕੰਬਾਈਨਾਂ ਦੀ ਵਾਢੀ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਇਸ ਵੇਲੇ ਸਿਰਫ ਬਾਸਮਤੀ ਦਾ ਏਰੀਆ ਛੱਡ ਕੇ ਬਾਕੀ ਸਾਰਾ ਜਿਹੜਾ ਚੌਲ ਹੈਗਾ ਉਹ ਕੰਬਾਈਨਾਂ ਨਾਲ ਕੱਟਿਆ ਜਾਂਦਾ। ਕੰਬਾਈਨਾਂ ਸਾਡੇ ਮੁਲਕ 'ਚ ਆਈਆਂ, ਲੇਕਿਨ ਜਿਉਂ ਜਿਉਂ ਕੰਬਾਈਨਾਂ ਦੇ ਵਿੱਚ ਬਾਹਰਲੇ ਮੁਲਕਾਂ 'ਚ ਸੁਧਾਰ ਹੁੰਦਾ ਗਿਆ, ਸਾਡੇ ਪੰਜਾਬ ਦੀਆਂ ਕੰਬਾਈਨਾਂ ਵਿੱਚ ਸੁਧਾਰ ਉਸ ਤਰ੍ਹਾਂ ਦੇ ਨਹੀਂ ਹੋਏ ਜਿਹੜੇ ਕਿ ਰਹਿੰਦ ਖੂੰਹਦ ਨੂੰ ਵੀ ਨਾਲ ਸਾਂਭ ਸਕਣ। ਜਿਹੜੇ ਸੁਧਾਰ ਬਾਹਰਲੇ ਮੁਲਕਾਂ ਨੇ ਆਪਣੀ ਕੰਬਾਈਨਾਂ ਵਿੱਚ ਨਾਲ ਦੀ ਨਾਲ ਕਰ ਲਏ ਉਹ ਸਾਡੇ ਇੱਥੇ ਨਹੀਂ ਹੋ ਪਾਏ, ਫਿਰ ਵੀ ਅਸੀਂ ਜਿਹੜਾ ਪੰਜਾਬ ਦਾ ਸਾਡਾ ਸੂਬਾ ਹੈ ਉਹ ਮਸ਼ੀਨਰੀ ਬਣਾਉਣ ਦੇ ਵਿੱਚ ਸਭ ਤੋਂ ਮੋਹਰੀ ਹੈ, ਕੰਬਾਈਨਾਂ ਸਭ ਤੋਂ ਜ਼ਿਆਦਾ ਸਾਡੇ ਪੰਜਾਬ 'ਚ ਬਣਦੀ। ਆਪਾਂ ਬਿਲਕੁਲ ਮੁੱਦੇ ਦੇ ਉੱਤੇ ਆਈਏ ਕਿ ਵੀ ਇਸ ਵੇਲੇ ਜਿਹੜੀ ਸਾਡੇ ਕੋਲ ਨਾੜ ਹੈ ਉਹਨੂੰ ਸਾਡੇ ਕੋਲ ਕਿਉਟਣ ਦਾ ਕੀ ਤਰੀਕਾ ਹੈ, ਜਿਹੜਾ ਸਾਡੇ ਉੱਤੇ ਸਵਾਲ ਹੈ ਕਿ ਵੀ ਜੇ ਉਹਨੂੰ ਅੱਗ ਲਗਾਈ ਜਾਂਦੀ ਹੈ ਅਤੇ ਚੁਗਿਰਦੇ ਦਾ ਨੁਕਸਾਨ ਹੁੰਦਾ ਹੈ, ਸਿਹਤ ਦਾ ਨੁਕਸਾਨ ਹੁੰਦਾ ਹੈ, ਉਹਦਾ ਸਾਡੇ ਕੋਲ ਕੀ ਹੱਲ ਹੈ? ਮੈਂ ਇਹ ਗੱਲ ਬਾਗ ਬਾਗ ਇਸ ਕਰਕੇ ਪਿੱਛੇ ਲਿਜਾ ਰਿਹਾ ਤੁਹਾਨੂੰ ਵੀ ਸਾਡਾ ਜਿਹੜਾ ਰਕਬਾ ਹੈ ਪੰਜਾਬ ਦਾ ਸਭ ਤੋਂ ਤੁਹਾਨੂੰ ਇਸ ਕਰਕੇ ਮੌਕੇ ਤੇ ਲਿਆ ਰਿਹਾ ਕਿਉਂਕਿ ਫਿਰ ਉਹ ਗੱਲ ਉੱਥੇ ਹੀ ਰਹਿ ਜਾਂਦੀ ਹੈ। ਗੱਲ ਕਰ ਰਿਹਾ ਸਾਡਾ ਪੰਜਾਬ ਦਾ ਜਿਹੜਾ ਚੌਲ ਹੈ 30 ਲੱਖ ਹੈਕਟੇਅਰ ਦੇ ਵਿੱਚੋਂ 5 ਲੱਖ ਹੈਕਟੇਅਰ ਸਿਰਫ ਬਾਸਮਤੀ ਪੈਦਾ ਹੁੰਦੀ, 25 ਲੱਖ ਹੈਕਟੇਅਰ ਜਿਹੜਾ ਸਾਡਾ ਮੋਟਾ ਚੌਲ ਹੈ, ਜਿਹੜਾ ਕਿ ਸਾਡੇ ਜਿਹੜੇ ਹਿੰਦੁਸਤਾਨ ਦੇ ਬਾਕੀ ਸੂਬੇ ਨੇ ਉਹਨਾਂ ਦੇ ਵਿੱਚ ਜਿਹੜਾ ਚੌਲ ਪੈਦਾ ਹੁੰਦਾ ਉਹਦੀ ਸਾਰੀ ਪਰਾਲੀ ਉਹ ਪਸ਼ੂਆਂ ਨੂੰ ਖਵਾਉਂਦੇ ਨੇ।
ਸਾਡੇ ਪੰਜਾਬ ਦੇ ਵਿੱਚ ਅਸੀਂ ਜਿਵੇਂ ਮਨੁੱਖੀ ਤੌਰ ਤੇ ਵੀ ਅਸੀਂ ਕਣਕ ਨੂੰ ਹੀ ਖਾਂਦੇ ਆ ਰਹੇ ਹਾਂ, ਸਾਲਾਂ ਤੋਂ ਖਾ ਰਹੇ ਹਾਂ। ਇਸੇ ਤਰੀਕੇ ਨਾਲ ਸਾਡੇ ਜਿਹੜੇ ਪਸ਼ੂ ਨੇ ਉਹ ਵੀ ਕਣਕ ਦੀ ਤੂੜੀ ਜਿਹੜੀ ਉਹ ਖਾਂਦੇ ਆ ਰਹੇ ਨੇ। ਉਹ ਤੂੜੀ ਕਿਉਂਕਿ ਚੰਗੀ ਹੁੰਦੀ ਹੈ, ਇਸ ਕਰਕੇ ਪਰਾਲੀ ਨੂੰ, ਝੋਨੇ ਦੀ ਪਰਾਲੀ ਨੂੰ ਖਵਾਉਣ ਦਾ ਨਾ ਕਿਸੇ ਨੇ ਰੁਝਾਨ ਲਿਆ। ਕੁਛ ਸਾਡੀਆਂ ਜ਼ਮੀਨਾਂ ਇਹੋ ਜਿਹੀਆਂ ਸੀ, ਉਹਨਾਂ ਵਿੱਚ ਇਹੋ ਜਿਹੇ ਤੱਤ ਆ ਜਾਂਦੇ ਸੀ ਵੀ ਜਿੱਥੇ ਕਿਤੇ ਵੀ ਝੋਨੇ ਦੀ ਪਰਾਲੀ ਖਵਾਉਣ ਦੀ ਕੋਸ਼ਿਸ਼ ਕੀਤੀ ਗਈ ਉੱਥੇ ਪਸ਼ੂਆਂ ਨੂੰ ਉਹਦੀ ਪ੍ਰੋਬਲਮ ਆਈ। ਇਸ ਕਰਕੇ ਅਸੀਂ ਉਹਨੂੰ ਨਹੀਂ, ਪਸ਼ੂਆਂ ਨੂੰ ਨਹੀਂ ਪਾਉਂਦੇ। ਮਸਲਾ ਆ ਗਿਆ ਵੀ ਪਰਾਲੀ ਨੂੰ ਸਾਂਭਿਆ ਕਿੱਦਾਂ ਜਾਏ, ਉਹਦੇ ਵਿੱਚ ਪੰਜਾਬ ਸਰਕਾਰ ਨੇ ਆਪਣੇ ਵੱਲੋਂ ਕੁਛ ਪਾਵਰ ਪਲਾਂਟ ਲਗਾਏ ਕਿ ਜੇ ਇਹਨਾਂ ਨੂੰ ਬਾਹਰ ਕੱਢ ਕੇ ਗੰਢਾਂ ਬਣਾ ਕੇ ਪਾਵਰ ਪਲਾਂਟਾਂ 'ਚ ਲਿਜਾਇਆ ਜਾਵੇ ਅਤੇ ਇਹਦੇ ਨਾਲ ਉਸਦਾ ਜਿਹੜਾ ਹੈਗਾ ਸਾਡੇ ਖੇਤ ਕਲੀਅਰ ਹੋ ਜਾਣਗੇ। ਉਹ ਅੱਛਾ ਉਪਰਾਲਾ ਸੀ, ਲੇਕਿਨ ਉਹਦੇ ਵਿੱਚ ਇਹ ਦੇਖਿਆ ਗਿਆ ਵੀ 15 ਕਿਲੋਮੀਟਰ ਤੋਂ ਜੇ ਦੂਰੋਂ ਅਸੀਂ ਪਰਾਲੀ ਨੂੰ ਇਕੱਠਾ ਕਰਕੇ ਲੈ ਕੇ ਜਾਂਦੇ ਹਾਂ ਅਤੇ ਉਹਦੇ 'ਤੇ ਸਾਡੀ ਖਰਚਾ ਇੰਨਾ ਜ਼ਿਆਦਾ ਵੱਧ ਜਾਂਦਾ ਵੀ ਉਹਦਾ ਕੋਈ ਫਾਇਦਾ ਨਹੀਂ ਹੁੰਦਾ। ਇਸ ਕਰਕੇ ਪੂਰੇ ਪੰਜਾਬ ਪੱਧਰ 'ਤੇ ਜਿਹੜਾ ਪਲਾਨ ਪਹਿਲਾਂ ਵੀ ਚੱਲ ਰਿਹਾ ਸੀ ਉਹ ਇਹ ਸੀਗਾ, ਪਿਛਲੇ 4-5 ਸਾਲ ਤੋਂ ਅਸੀਂ ਜ਼ਿਮੀਂਦਾਰਾਂ ਨੂੰ ਉਹਨਾਂ ਮਸ਼ੀਨਾਂ ਦੀ ਸਬਸਿਡੀ ਦੇ ਕੇ ਉਤਸ਼ਾਹਿਤ ਕਰ ਰਹੇ ਸੀ ਵੀ ਜਿਨ੍ਹਾਂ ਦੇ ਨਾਲ ਤੁਸੀਂ ਇਹਨਾਂ ਨੂੰ ਜ਼ਮੀਨਾਂ ਦੇ ਵਿੱਚ ਜਾਂ ਮਿਲਾ ਸਕਦੇ ਹੋ ਜਾਂ ਜ਼ਮੀਨ ਦੀ ਤਹਿ ਦੇ ਉੱਪਰ ਰੱਖ ਕੇ ਹੀ ਇਹਦੇ ਵਿੱਚ ਅਗਲੀ ਫਸਲ ਬੀਜ ਸਕਦੇ ਹੋ। ਉਹਦੇ ਵਿੱਚ ਇਹ ਹੁੰਦਾ ਜਦੋਂ ਨਵੀਂ ਤਕਨੀਕ ਕੋਈ ਚਾਲੂ ਹੁੰਦੀ ਹੈ ਉਸ ਤੋਂ ਪਹਿਲਾਂ ਜ਼ਿਮੀਂਦਾਰ ਜਿਹੜਾ ਦੱਬ ਕੇ ਵਾਹ ਰਿਹਾ ਸੀ ਜ਼ਮੀਨ ਖੇਤ ਨੂੰ ਐਨ ਪੱਧਰਾ ਕਰਕੇ ਸਾਫ਼ ਸੁਥਰਾ ਕਰਕੇ ਕਣਕ ਦੀ ਬਿਜਾਈ ਕਰਦਾ ਸੀ। ਜਦੋਂ ਇਹ ਸਾਇੰਸ ਆਈ ਵੀ ਜੀ ਇਹਨੂੰ ਪਰਾਲ ਨੂੰ ਵਿੱਚ ਰੱਖ ਕੇ ਤੁਸੀਂ ਕਣਕ ਨੂੰ ਬੀਜੋ ਅਤੇ ਉਹ ਹਰ ਬੰਦਾ ਇਸ ਚੀਜ਼ ਲਈ ਤਿਆਰ ਨਹੀਂ ਹੁੰਦਾ। ਮਤਲਬ ਸਾਨੂੰ ਹਜ਼ਾਰਾਂ ਵਿੱਚੋਂ 10 ਬੰਦੇ ਕੱਢਣੇ ਪਏ ਜਿਹੜੇ ਉਸ ਟੈਕਨੀਕ ਦੇ ਵਿੱਚ ਅੱਗੇ ਆਏ ਹੌਲੀ ਹੌਲੀ ਅੱਗੇ ਆਏ। ਮੈਂ ਤੁਹਾਡਾ ਇਹੀ ਸਵਾਲ ਜਿਹੜਾ ਕਿਸਾਨ ਯੂਨੀਅਨ ਕੋਲ ਲੈ ਜਾਵਾਂ ਅਤੇ ਉਹ ਇਸ ਗੱਲ ਨੂੰ ਮੈਨੂੰ ਲੱਗਦਾ ਕਿ ਨੁਕਤਾਦਾਰ ਗੱਲ ਹੁੰਦੀ ਰਹੇਗੀ। ਰਾਜਵਾਲ ਜੀ, ਜਿਹੜਾ ਇਹ ਸਵਾਲ ਹੈ ਕਿ ਸਰਕਾਰ ਨੇ ਇਹ ਜਿਹੜੀ ਮਸ਼ੀਨਰੀ ਲਈ ਸਬਸਿਡੀ ਦਿੱਤੀ ਹੈ ਕਿਸਾਨਾਂ ਨੂੰ, ਪਰ ਕਿਸਾਨ ਨੂੰ ਇਸ ਗੱਲ ਦੇ ਵਿੱਚ ਔਖ ਹੈ, ਕਿਸਾਨ ਨੂੰ ਇਹਦੇ ਵਿੱਚ ਕੀ ਔਖ ਹੈ? ਦੇਖੋ, ਇੱਕ ਤਾਂ ਮੈਨੂੰ ਨਹੀਂ ਸਮਝ ਆ ਰਹੀ ਸਾਡਾ ਜਿਹੜਾ ਡਾਇਰੈਕਟੋਰੇਟ ਆਫ ਐਗਰੀਕਲਚਰ ਹੈ, ਕਹਿਣ ਨੂੰ ਤਾਂ ਉਹ ਕਿਸਾਨਾਂ ਦੀ ਮਦਦ ਲਈ ਇਹ ਮਹਿਕਮਾ ਬਣਾਇਆ ਗਿਆ। ਮੈਨੂੰ ਇੱਕ ਕਹਾਣੀ ਯਾਦ ਹੈ, ਮੈਂ ਇੱਥੇ ਵੀ ਸੁਣਾਈ ਸੀ, ਇੱਕ ਚੀਫ ਮਿਨਿਸਟਰ ਕੋਲ ਬੈਠੇ ਆਪਣੇ ਪੇ ਸਕੇਲ ਰਿਵਾਈਜ਼ ਕਰਨ ਨੂੰ ਕਹੀ ਜਾਣ ਵੀ ਅਸੀਂ ਇੰਨਾ ਝਾੜ ਵਧਾ ਦਿੱਤਾ ਜੀ, ਇੰਨੀ ਪ੍ਰੋਡਕਸ਼ਨ ਉੱਥੇ ਲੈ ਗਏ। ਚੀਫ ਮਿਨਿਸਟਰ ਨੇ ਸੁਣਿਆ, ਸੁਣ ਕੇ ਅਖੀਰ 'ਚ ਇਹਨਾਂ ਨੂੰ ਕਿਹਾ ਵੀ ਇੱਦਾਂ ਕਰੋ, ਫਿਰ ਤੁਸੀਂ ਸਾਰਾ ਮਹਿਕਮਾ 6 ਮਹੀਨੇ ਛੁੱਟੀ 'ਤੇ ਚਲੇ ਜਾਓ, ਜੇ ਤਾਂ ਪ੍ਰੋਡਕਸ਼ਨ ਘੱਟ ਗਈ ਫਿਰ ਤਾਂ ਤੁਹਾਡਾ ਹੱਕ ਬਣਦਾ, ਅਤੇ ਜੇ ਕਿਸਾਨਾਂ ਨੇ ਪ੍ਰੋਡਕਸ਼ਨ ਵਧਾ ਦਿੱਤੀ ਬਈ ਫਿਰ ਕੋਈ ਜਵਾਬ ਨਹੀਂ ਆਇਆ, ਤੁਰ ਗਏ। ਅਸਲ ਵਿੱਚ ਜਿਹੜੀ ਇਹ ਗੱਲ ਹੈ ਨਾ, ਉਹ ਜਿਹੜੀ ਇਸ ਕਿਸਮ ਦੀ ਟੋਟਕੇਬਾਜ਼ੀ ਦੇ ਵਿੱਚ ਫਿਰ ਨਾ ਆਪਣੀ ਗੱਲ ਮੁੱਦੇ ਤੋਂ ਭਟਕ ਜਾਣੀ ਹੈ ਨਾ। ਮੈਂ ਉਹਨਾਂ ਉਸ ਗੱਲ 'ਤੇ ਜਿਹੜੀ ਇਹ ਗੱਲ ਕਰਦੇ ਨੇ, 2009 ਦੀ ਇਹ ਪਟੀਸ਼ਨ ਚੱਲਦੀ ਹੈ NGT 'ਚ, ਸਾਨੂੰ ਹੁਣ ਪਤਾ ਲੱਗੀ 2009 'ਤੇ। ਮੈਂ ਇਸ ਕਰਕੇ ਗੱਲ ਕੀਤੀ ਹੈ ਵੀ ਜੇ ਕੰਮ ਕਰਦੇ ਹੁੰਦੇ 2009 'ਤੇ, ਅੱਜ ਆ ਗਿਆ 2017, ਇਹ ਵੀ ਖਤਮ ਹੋਣ 'ਤੇ ਜਾ ਰਿਹਾ। 8 ਸਾਲਾਂ ਵਿੱਚ ਕੀ ਇਹਦੇ 'ਤੇ ਪ੍ਰੈਕਟੀਕਲ ਕੰਮ ਕੀਤਾ ਮਹਿਕਮੇ ਨੇ, ਇਹ ਮੈਨੂੰ ਸਮਝਾ ਦਿਓ। ਇੱਕ ਗੱਲ, ਉਹਨਾਂ ਨੇ ਇਹ ਕਿਹਾ ਕਿ ਵੀ ਉਹਨਾਂ ਨੇ ਮਸ਼ੀਨਾਂ ਦਿੱਤੀਆਂ ਨੇ, ਸਬਸਿਡੀਜ਼ ਦਿੱਤੀਆਂ ਨੇ, ਜੇ ਉਹ ਮਸ਼ੀਨ ਆਵੇ ਤੇ ਖੇਤ ਦੇ ਵਿੱਚ ਪਰਾਲੀ ਵਾਹੀ ਜਾਵੇ ਤੇ ਕੀ ਸਮੱਸਿਆ? ਮੈਂ ਉਹੀ ਆਉਣਾ, ਇੱਕ ਪੰਜਾਬ ਦੇ ਕਿਸਾਨਾਂ ਦੀ ਖੂਬੀ ਹੈ, ਮੰਨੀ ਹੋਈ ਗੱਲ ਹੈ ਵੀ ਪੰਜਾਬ ਦਾ ਕਿਸਾਨ ਸਭ ਤੋਂ ਵੱਧ ਟੈਕਨੋਲੋਜੀ ਓਰੀਐਂਟਿਡ ਹੈ। ਜੇ ਟੈਕਨੋਲੋਜੀ ਟ੍ਰਾਂਸਫਰ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਪੰਜਾਬ ਦਾ ਕਿਸਾਨ ਉਹਨੂੰ ਅਪੀਲ ਕਰ ਜੇ, ਫਟਾਫਟ ਅਡੋਪਟ ਕਰਦਾ ਔਰ ਦੂਸਰਿਆਂ ਨੂੰ ਵੀ ਦੱਸਦਾ। ਇਹਨਾਂ ਨੇ ਲਿਆਂਦਾ ਹੈਪੀ ਸੀਡਰ, ਹੈਪੀ ਸੀਡਰ ਜਦੋਂ ਦਾ ਆਇਆ ਉਦੋਂ ਤੇ ਅੱਜ ਤਾਈਂ ਇਹਨਾਂ ਨੂੰ ਪੁੱਛ ਲਓ ਵੀ ਕਿੰਨੇ ਹੈਪੀ ਸੀਡਰ ਵਿਕੇ ਨੇ। ਮੈਂ ਜਦੋਂ ਫੀਲਡ ਵਿੱਚ ਜਾਂਦਾ, ਪਿੰਡਾਂ ਵਿੱਚ ਜਾਂਦਾ, ਲੋਕਾਂ ਜਿਨ੍ਹਾਂ ਨੇ ਹੈਪੀ ਸੀਡਰ ਰੱਖੇ ਨੇ ਉਹ ਕਹਿੰਦੇ ਇਟਸ ਏ ਫੇਲਡ ਮਸ਼ੀਨ, ਇਹ ਮਸ਼ੀਨ ਬਹੁਤੀ ਕਾਮਯਾਬ ਨਹੀਂ ਹੋਈ, ਇਹਦੇ ਵਿੱਚ ਜਦੋਂ ਬੀਜਣ ਲੱਗਦੇ ਹਾਂ ਤਾਂ ਜਿਵੇਂ ਪਰਾਲੀ ਹੈ ਜਾਂ ਹੋਰ ਨਾੜ ਹੈ ਉਹ ਵਿੱਚ ਫਸਦਾ ਹੈ। ਔਰ ਇੱਥੇ ਤੱਕ ਵੀ ਮਿਸਾਲਾਂ ਮੇਰੇ ਕੋਲ ਹੈਗੀਆਂ ਨੇ ਜਿੱਥੇ ਹੈਪੀ ਸੀਡਰ ਨਾਲ ਬੀਜੀ ਹੋਈ ਕਣਕ ਦੁਬਾਰਾ ਅੱਗੇ ਅਗਲਿਆਂ ਨੂੰ ਬੀਜਣੀ ਪੈ ਗਈ, ਉਹ ਦੂਜੀ ਵਾਰੀ ਵੀ ਬੀਜੀ। ਜੇ ਉਹ ਇੰਨਾ ਹੀ ਵਧੀਆ ਮਸ਼ੀਨ ਸੀ ਤਾਂ ਦੂਜੀ ਵਾਰੀ ਬੀਜਣ ਦੀ ਲੋੜ ਨਾ ਹੁੰਦੀ, ਇੱਕ ਗੱਲ। ਦੂਸਰੀ, ਮੈਂ ਸਮਝਦਾ ਭਈ ਜਿਹੜਾ ਇੱਥੇ ਕੇਸ ਹੈ NGT 'ਚ, ਅਸੀਂ ਐਵੇਂ ਨਹੀਂ ਆਏ, ਇਹਨਾਂ ਨੇ ਸਾਨੂੰ ਗਲਤ ਸਮਝਿਆ। ਜੇ ਅਸੀਂ ਸਮਝਦੇ ਹਾਂ ਵੀ ਸੋਲੂਸ਼ਨ ਨਿਕਲਣਾ ਚਾਹੀਦਾ ਕੋਈ, ਜੇ ਇਹਦੇ ਨਾਲ ਇਨਵਾਇਰਮੈਂਟ ਪੋਲੂਟ ਹੁੰਦਾ ਤਾਂ। ਇੱਥੋਂ ਤੱਕ ਵੀ ਪਿਛਲੀ ਇੱਕ ਡੇਟ 'ਤੇ ਇੱਥੋਂ ਕੋਰਟ ਨੇ ਕਿਹਾ ਵੀ ਰਾਜੇਵਾਲ ਨੂੰ ਵਿੱਚ ਬਿਠਾਓ, ਚੀਫ ਸੈਕਟਰੀ ਨਾਲ ਮੀਟਿੰਗ ਕਰੋ, ਜਾਂ ਜੇ ਕੋਈ ਹੋਰ ਹੈਗਾ ਜ਼ਿੰਮੇਵਾਰ ਅਧਿਕਾਰੀ ਉਹਦੇ ਨਾਲ ਮੀਟਿੰਗ ਕਰੋ, ਮੀਟਿੰਗ ਕਰਕੇ ਦੱਸੋ ਵੀ ਕਿਸਾਨਾਂ ਨੂੰ ਮਸ਼ੀਨਰੀ ਕਿਵੇਂ ਪ੍ਰੋਵਾਈਡ ਕਰਨੀ ਹੈ ਅਤੇ ਉਹਨਾਂ ਨੂੰ ਜਿਹੜਾ ਉਹਨਾਂ ਦਾ ਖਰਚਾ ਹੁੰਦਾ ਹੈ ਉਹ ਅਸਿਸਟੈਂਸ ਕਿਵੇਂ ਦੇਣੀ, ਉਹਨਾਂ ਨੂੰ ਪੈਸੇ ਕਿਵੇਂ ਦੇਣੇ ਨੇ। ਇਹਨਾਂ 2 ਗੱਲਾਂ 'ਤੇ ਕਰਨੀ ਸੀ। ਮੈਂ ਕੋਰਟ ਨੂੰ ਕਹਿ ਕੇ ਬਈ ਜੀ 10 ਤਾਰੀਖ ਦਿੰਦੇ ਸੀ, ਮੈਂ ਕਿਹਾ ਜੀ 10 ਨੂੰ ਮੇਰੀ ਨੀਤੀ ਆਯੋਗ 'ਚ ਮੀਟਿੰਗ ਹੈ, ਇਹਨੂੰ ਅੱਗੇ ਕਰ ਲਓ। ਉਹ ਫਿਰ 11 ਹੋ ਗਈ। ਤਾਂ ਉਸ ਜਿੱਦਣ ਮੈਂ ਜਿਸ ਦਿਨ ਦਿੱਲੀ ਨੂੰ ਆਇਆ
ਉਸ ਵੇਲੇ ਮੈਨੂੰ ਰਸਤੇ 'ਚ ਫੋਨ ਆਉਂਦਾ ਵੀ ਅੱਜ ਚੀਫ ਸੈਕਟਰੀ ਨਾਲ ਮੀਟਿੰਗ ਹੈ, ਮੀਟਿੰਗ ਤੋਂ ਘੰਟਾ ਡੇਢ ਘੰਟਾ ਪਹਿਲਾਂ ਤੁਸੀਂ ਕਿੱਥੇ ਹੋ? ਤੋ ਇਹ ਤੋਂ ਇਹਨਾਂ ਦੀ ਸੀਰੀਅਸਨੈਸ ਪਤਾ ਲੱਗਦੀ ਹੈ ਸਾਨੂੰ ਕਿੰਨਾ ਕੌਨਫੀਡੈਂਸ 'ਚ ਲੈਣਾ ਹੈ। ਜਿਹੜਾ ਉਹਨਾਂ ਨੇ ਇੱਕ ਗੱਲ ਕਹੀ ਹੈ ਕਿ ਸਬਸਿਡੀ ਦਿੱਤੀ ਹੈ ਮਸ਼ੀਨਰੀ ਦੇ ਉੱਤੇ, ਸਾਡੇ ਇੱਕ ਦਰਸ਼ਕ ਨੇ ਜਿਹੜੇ ਇਸ ਵੇਲੇ ਸਾਨੂੰ ਦੇਖ ਰਹੇ ਨੇ ਗਗਨਦੀਪ ਸਿੰਘ, ਉਹਨਾਂ ਨੇ ਕਿਹਾ ਕਿ ਵੀ ਜੇ ਸਬਸਿਡੀ ਮਿਲੇ ਵੀ ਤਾਂ ਵੀ ਜਿਹੜੇ ਕਿਸਾਨ ਨੂੰ ਇਹ ਬਹੁਤ ਮਹਿੰਗੀ ਪੈਂਦੀ ਹੈ, ਇਹਦੇ ਬਾਰੇ ਤੁਸੀਂ ਕੀ ਕਹੇਂਗੇ? ਬਾਅਦ 'ਚ ਮੈਂ ਇਹ ਕਾਲੀਆ ਸਾਹਿਬ ਕੋਲ ਪੁੱਛਾਂਗਾ। ਉਹ ਤਾਂ ਉਹ ਮੈਂ ਇੱਕ ਡਿਪਾਰਟਮੈਂਟ ਦੀ ਨਹੀਂ, ਉਹ ਤਾਂ ਜਨਰਲ ਬਦਕਿਸਮਤੀ ਹੈ ਇਸ ਦੇਸ਼ ਦੀ ਵੀ ਇੱਥੇ ਹਰ ਜਗ੍ਹਾ ਕਰਪਸ਼ਨ ਭਾਰੂ ਹੈ, ਉੱਥੇ ਇਹ ਡਿਪਾਰਟਮੈਂਟ ਵੀ ਉਹਦੇ ਵਿੱਚ ਫਸਿਆ। ਇਹਨਾਂ ਦਾ ਨਾ ਇਹ ਜਿਹੜੀ ਗੱਲ ਮੈਂ ਤੁਹਾਨੂੰ ਪੁੱਛਣੀ ਚਾਹ ਰਿਹਾ, ਤੁਸੀਂ ਮੈਨੂੰ ਇਹ ਗੱਲ ਇੱਦਾਂ ਸਮਝਾ ਦਿਓ ਕਿ ਵੀ ਮੈਂ ਖੇਤੀ ਨਹੀਂ ਕਰਦਾ, ਮੈਂ ਸ਼ਹਿਰ ਦਾ ਰਹਿਣ ਵਾਲਾ ਬੰਦਾ, ਤੁਸੀਂ ਮੈਨੂੰ ਇਹ ਸਮਝਾ ਦਿਓ ਕਿ ਵੀ ਜੇ ਇਹ ਮਸ਼ੀਨ ਆਉਂਦੀ ਹੈ ਤਾਂ ਤੁਹਾਨੂੰ ਕੀ ਮਹਿੰਗੀ ਪੈਂਦੀ ਹੈ, ਕੀ ਨਫ਼ਾ ਨੁਕਸਾਨ ਹੈ ਤੁਹਾਨੂੰ? ਜਿਹੜੀ ਸਬਸਿਡੀ ਮਿਲਦੀ ਹੈ ਨਾ, ਸਬਸਿਡੀ ਲੈਣਾ ਕੋਈ ਸੌਖਾ ਕੰਮ ਨਹੀਂ, ਦਫ਼ਤਰਾਂ ਦੇ ਚੱਕਰ ਕੱਢਣੇ, ਫਿਰ ਉੱਥੇ ਬਾਬੂਆਂ ਨਾਲ ਡੀਲ ਕਰਨਾ, ਸਭ ਕੁਛ ਹੇਠਾਂ ਸਭ ਕੁਛ ਅੱਛਾ ਨਹੀਂ ਹੁੰਦਾ। ਇਸੇ ਕਰਕੇ ਜਿਹੜੇ ਦਰਸ਼ਕ ਨੇ ਕਿਹਾ ਉਹਨੂੰ ਮੁਸ਼ਕਲ ਆਈ ਹੋਣੀ ਹੈ ਕਿਤੇ ਸਬਸਿਡੀ ਕਲੇਮ ਕਰਨ ਵਾਸਤੇ, ਇੱਦਾਂ ਦੇ ਕੇਸ ਸਾਡੇ ਕੋਲ ਰੋਜ਼ ਆਉਂਦੇ ਨੇ। ਹਲਦੀ ਕੜੀ ਮੈਨੂੰ ਮੁਸ਼ਕਲ ਆ ਰਹੀ ਹੈ ਤੁਹਾਡੀ ਗੱਲ ਸਮਝਣ ਵਾਸਤੇ ਕਿ ਵੀ ਕਿੰਨੀ ਸਬਸਿਡੀ ਮਿਲਦੀ ਹੈ, ਕਿੰਨਾ ਖਰਚਾ ਹੁੰਦਾ ਅਤੇ ਨੁਕਸਾਨ ਕੀ ਹੁੰਦਾ? ਅਲੱਗ ਅਲੱਗ ਮਸ਼ੀਨਾਂ 'ਤੇ ਅਲੱਗ ਅਲੱਗ ਸਬਸਿਡੀ ਦਾ ਰੇਟ ਹੈ, ਔਰ ਉਹਦੇ ਵਿੱਚ ਉਸੇ ਤਰ੍ਹਾਂ ਜਿੰਨੀ ਕੁ ਸਬਸਿਡੀ ਮਿਲਦੀ ਹੈ। ਜੇ ਕੋਈ ਕਿਸੇ ਨੇ ਝੋਨਾ ਲਾਉਣ ਵਾਲੀ ਮਸ਼ੀਨ ਲਈ ਉਹਦੇ 'ਤੇ 70-75 ਹਜ਼ਾਰ ਕੋਈ ਰਿਸ਼ਵਤ ਮੰਗੇ, 5-7 ਲੱਖ ਦੀ ਮਸ਼ੀਨ ਹੈ, 5-7 ਲੱਖ ਰੁਪਇਆ ਸਬਸਿਡੀ ਹੈ, ਉਹਦੇ 'ਚ 70-75 ਹਜ਼ਾਰ ਕੋਈ ਮੰਗੇ ਰਿਸ਼ਵਤ, ਤਾਂ ਫਿਰ ਬੰਦੇ ਨੂੰ ਔਖ ਤਾਂ ਹੁੰਦੀ ਹੈ ਨਾ। ਲੱਗਦਾ ਕਿ ਮੈਂ ਮਨਮੋਹਨ ਜੀ ਹੁਣਾਂ ਨੂੰ ਪੁੱਛਦਾ, ਮਨਮੋਹਨ ਜੀ ਜਿਹੜਾ ਇਹ ਸਵਾਲ ਹੈ ਸਾਡੇ ਕੋਲ ਆਇਆ ਕਿ ਵੀ ਜੇ ਸਬਸਿਡੀ ਕਿਸਾਨ ਨੂੰ ਦਿੱਤੀ ਜਾਵੇ ਤਾਂ ਵੀ ਉਹਨੂੰ ਮਹਿੰਗੀ ਪੈਂਦੀ ਹੈ, ਇੱਕ ਤਾਂ ਤੁਸੀਂ ਇਹ ਦੱਸੋ ਕਿ ਵੀ ਤੁਸੀਂ ਸਬਸਿਡੀ ਕਿੰਨੀ ਦਿੰਦੇ ਹੋ, ਅਤੇ ਦੂਜੀ ਗੱਲ ਇਹ ਹੈ ਕਿ ਵੀ ਪੰਜਾਬ ਦੇ ਵਿੱਚ ਜਿਹੜੀ ਖੇਤੀ ਦੀ ਇਸ ਵੇਲੇ ਜ਼ਮੀਨ ਹੈ ਉਹ 40 ਲੱਖ ਹੈਕਟੇਅਰ ਹੈਗੀ ਹੈ, ਅਤੇ ਉਹਦੇ ਵਿੱਚੋਂ 29 ਲੱਖ ਹੈਕਟੇਅਰ ਦੇ ਵਿੱਚ ਧਾਨ ਉੱਗਿਆ ਹੋਇਆ, ਜਿਹਦੇ ਵਿੱਚੋਂ 4.5 ਲੱਖ ਦੇ ਵਿੱਚ ਬਾਸਮਤੀ ਹੈ। ਜਿਹੜਾ ਇਹ ਬਾਕੀ ਦਾ ਰਕਬਾ ਹੈ ਜਿੱਥੇ ਸਾਡੇ ਮੋਟਾ ਚੌਲ ਖੜਾ ਹੈ, ਕੀ ਜਿਹੜੀ ਤੁਹਾਡੀ ਮਸ਼ੀਨਰੀ ਆ ਉਹ ਸਭ ਤੱਕ ਪਹੁੰਚਦੀ ਹੈ? ਜੇ ਪਹੁੰਚਦੀ ਹੈ ਤਾਂ ਕਿੰਨੇ ਤੱਕ ਪਹੁੰਚਦੀ ਹੈ, ਅਤੇ 1 ਏਕੜ ਪਿੱਛੇ ਉਹ ਮਸ਼ੀਨ ਦਾ ਸਬਸਿਡੀ ਤੋਂ ਬਾਅਦ ਕਿੰਨਾ ਖਰਚਾ ਹੈ? ਦੇਖੋ ਜੀ, ਮੈਂ ਪਹਿਲਾਂ ਗੱਲ ਇਹ ਦੱਸ ਰਿਹਾ ਸੀ ਵੀ ਜਿਉਂ ਜਿਉਂ ਅਸੀਂ ਮਸ਼ੀਨਰੀ ਨੂੰ ਇਹਨਾਂ ਜ਼ਿਮੀਦਾਰਾਂ ਦੇ ਵਿੱਚ ਪ੍ਰਚਲਿਤ ਕਰਨ ਦੀ ਕੋਸ਼ਿਸ਼ ਕੀਤੀ, ਇਹਨਾਂ ਵਿੱਚੋਂ ਮੈਂ ਪਹਿਲਾਂ ਬੇਨਤੀ ਕੀਤੀ ਸੀ ਵੀ 1000 ਵਿੱਚੋਂ 10 ਕਿਸਾਨ ਹੀ ਅੱਗੇ ਆਏ, ਕਿਉਂਕਿ ਨਵੀਂ ਚੀਜ਼ ਨੂੰ ਅਪਣਾਉਣਾ ਜਿਹੜਾ ਔਖਾ ਹੁੰਦਾ ਹੈ, ਔਰ ਉਹ ਸਬਸਿਡੀਜ਼ ਨੂੰ ਜਿਨ੍ਹਾਂ ਜ਼ਿਮੀਦਾਰਾਂ ਨੇ ਲਿਆ ਉਹਦੇ ਉੱਪਰ ਉਹਨਾਂ ਨੂੰ ਚਲਾਉਣ ਦਾ ਵੀ ਖਰਚਾ ਆਇਆ, ਇਹ 'ਚ ਕੋਈ ਸ਼ੱਕ ਨਹੀਂ, ਕਿਉਂਕਿ ਉਹਦਾ ਚਲਾਉਣ ਦਾ ਵੀ ਖਰਚਾ ਆਇਆ। ਲੇਕਿਨ ਜਿਉਂ ਜਿਉਂ ਤਕਨੀਕ ਨੂੰ ਉਹਨਾਂ ਨੇ ਅਪਣਾਇਆ ਔਰ ਹੌਲੀ ਹੌਲੀ ਉਹਨਾਂ ਨੇ ਵੇਖਿਆ ਵੀ ਇਹਦਾ ਕੁਛ ਫਾਇਦਾ ਹੈ, ਸਾਨੂੰ ਇਸ ਦੀ ਕੋਈ ਰਿਟਰਨ ਆਉਂਦੀ ਹੈ, ਕਿਉਂਕਿ ਇਹ ਚੀਜ਼ ਨੂੰ ਸਮਝਣਾ ਵੀ ਖੜੇ। ਜੀ ਇੱਕ ਗੱਲ ਮੈਨੂੰ ਜਿਹੜੀ ਤੁਹਾਡੀ ਦੋਨਾਂ ਦੀ, ਤੁਸੀਂ ਹਾਲਾਂਕਿ ਦੋ ਵੱਖਰੀਆਂ ਵੱਖਰੀਆਂ ਧਿਰਾਂ ਦੀ ਨੁਮਾਇੰਦਗੀ ਕਰਦੇ ਹੋ, ਪਰ ਜਿਹੜੀ ਜਿੱਦਾਂ ਤੁਸੀਂ ਦੋਨੇ ਗੋਲ ਗੋਲ ਗੱਲ ਕਰਦੇ ਹੋ ਮੇਰੇ ਉਹ ਪੱਲੇ ਨਹੀਂ ਪੈਂਦੀ। ਮੈਂ ਇੱਕ ਬਿਲਕੁਲ ਸੌਖਾ ਜਿਹਾ ਸਵਾਲ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਹੈ ਕਿ ਤੁਸੀਂ ਕਿੰਨੀ ਸਬਸਿਡੀ ਦਿੰਦੇ ਹੋ ਇੱਕ ਕਿਸਾਨ ਨੂੰ, ਇੱਕ ਖੇਤ ਦੇ ਪਿੱਛੇ ਕਿੰਨੀ ਸਬਸਿਡੀ ਮਿਲੂਗੀ? ਜੇ ਸਬਸਿਡੀ ਮਿਲ ਜਾਵੇ ਤਾਂ ਪਰਾਲੀ ਨੂੰ ਜਾਂ ਜਿਹੜੀ ਨਾੜ ਹੈ ਉਹਦਾ ਨਿਪਟਾਰਾ ਕਰਨ ਦੇ ਵਿੱਚ ਉਹਦਾ 1 ਏਕੜ ਦਾ ਕਿੰਨਾ ਖਰਚਾ ਆਊਗਾ? ਦੇਖੋ ਇਹ ਗੱਲ, ਮੈਂ ਤੁਹਾਨੂੰ ਇਹ ਬੇਨਤੀ ਕਰਨਾ ਚਾਹੂੰਗਾ ਵੀ ਗੱਲ ਗੋਲ ਨਹੀਂ ਹੈਗੀ, ਗੱਲ ਕੀ ਹੈ ਮੈਂ ਪਹਿਲਾਂ ਇਹ ਦੱਸਣਾ ਚਾਹ ਰਿਹਾ ਵੀ ਜਿਹੜੀ ਇਹਨੂੰ ਅਸੀਂ ਕਹਿੰਦੇ ਰਹਿੰਦ ਖੂਨ ਨੂੰ ਸੰਭਾਲਣ ਵਾਲੀ ਮਸ਼ੀਨਰੀ, ਉਹਦਾ ਜਦ ਤੱਕ ਲੋਕਾਂ ਦੇ ਵਿੱਚ ਰੁਝਾਨ ਪੈਦਾ ਨਹੀਂ ਹੋਏਗਾ, ਉਹਦੀ ਜ਼ਿਆਦਾ ਡਿਮਾਂਡ ਨਹੀਂ ਪੈਦਾ ਹੋਏਗੀ, ਉਦੋਂ ਤੱਕ ਉਹ ਜ਼ਿਆਦਾ ਮਸ਼ੀਨਾਂ ਜਿਹੜੀਆਂ ਬਾਜ਼ਾਰ 'ਚ ਨਹੀਂ ਆਉਣਗੀਆਂ। ਮੈਂ ਇਹ ਦੱਸਣਾ ਚਾਹੁੰਦਾ ਜਿੱਦਾਂ ਤੁਸੀਂ ਇੱਦਾਂ ਸਮਝਾ ਦਿਓ ਕਿ ਮੰਨ ਲਓ ਇਸ ਵੇਲੇ ਪੰਜਾਬ ਦੀ ਜਿਹੜੀ 70% ਜਿਹੜੀ ਕਿਸਾਨੀ ਹੈ ਉਹਦੇ ਕੋਲ ਜਿਹੜੀ ਜ਼ਮੀਨ ਹੈ ਉਹ 5 ਕਿੱਲਿਆਂ ਤੋਂ ਘੱਟ ਹੈ। ਮੰਨ ਲਓ ਮੇਰੇ ਕੋਲ 5 ਕਿੱਲਿਆਂ ਤੋਂ ਘੱਟ ਜ਼ਮੀਨ ਹੈ, ਅਤੇ ਕਿਹੜੀ ਮਸ਼ੀਨਰੀ ਮੈਨੂੰ ਖਰੀਦਣੀ ਪਊਗੀ ਉਹਦੇ 'ਤੇ ਤੁਸੀਂ ਕਿੰਨੀ ਸਬਸਿਡੀ ਦੇਵੇਂਗੇ, ਤਾਂ ਕਿ ਮੈਨੂੰ ਪਤਾ ਤਾਂ ਲੱਗੇ ਨਾ ਖਰਚਾ ਕੀ ਹਿਸਾਬ ਕਿਤਾਬ ਹੈ। ਮੈਂ ਦੇਖੋ, ਮੈਂ ਇਹ ਸਾਰੇ ਮੁੱਦੇ ਦੇ ਨਾਲ 2016 ਪਿਛਲੇ ਸਾਲ ਤੋਂ ਕੋਟਾਂ ਦੇ ਕੰਮ ਦੇ ਵਿੱਚ ਜੁੜਿਆ। ਉਸ ਤੋਂ ਪਹਿਲਾਂ ਮੈਂ ਫੀਲਡ ਦੇ ਵਿੱਚ ਆਪਣਾ ਫੀਲਡ ਦਾ ਕੰਮ ਕਰਦਾ ਹੁੰਦਾ ਸੀ, ਮੈਂ ਮਸ਼ੀਨਾਂ ਨੂੰ ਫੀਲਡ ਦੇ ਵਿੱਚ ਚਲਾਉਣ ਦੇ ਵਿੱਚ ਆਪਣਾ ਯੋਗਦਾਨ ਪਾਇਆ, ਅਪਣਾਉਣ ਦੇ ਵਿੱਚ ਜ਼ਿਮੀਦਾਰਾਂ ਨੂੰ ਪ੍ਰੋਤਸਾਹਿਤ ਕਰਨ ਦੇ ਵਿੱਚ ਵੀ ਤੁਸੀਂ ਇਹ ਮਸ਼ੀਨਾਂ ਨੂੰ ਇਸਤੇਮਾਲ ਕਰੋ, ਔਰ ਮੈਂ ਅੱਛੇ ਰਿਜ਼ਲਟ ਦੇਖੇ ਆ ਜਿਨ੍ਹਾਂ ਨੇ ਮੇਰੇ ਨਾਲ ਜਿਹੜੇ ਲੋਕ ਜੁੜੇ ਦੇਖੇ ਆ ਉਹਦਾ ਜਿਹੜਾ ਜੇ ਆਪਾਂ ਉਹਦੀ ਮਿਕਦਾਰ ਦੇਖਣੀ ਹੋਵੇ ਜੀ ਕਿ ਵੀ ਪੰਜਾਬ ਦੇ ਵਿੱਚ ਇਸ ਵੇਲੇ 29 ਲੱਖ ਹੈਕਟੇਅਰ ਦੇ ਵਿੱਚ ਜਿਹੜਾ ਝੋਨਾ ਖੜਾ ਹੈ ਉਹਦੇ ਵਿੱਚੋਂ 4.5 ਲੱਖ ਜਿਹੜਾ ਸਾਡੇ ਕੋਲ ਬਾਸਮਤੀ ਦਾ, ਤੁਹਾਡੀ ਜਿਹੜੀ ਪਹੁੰਚ ਹੈ ਜਿਹੜੇ ਚੰਗੇ ਨਤੀਜੇ ਨੇ ਉਹ ਕਿੰਨੇ ਖੇਤਾਂ ਤੱਕ ਨੇ? ਮੈਂ ਉਹੀ ਦੱਸ ਰਿਹਾ ਵੀ ਅਸੀਂ ਇਹ ਪਿਛਲੇ ਸਾਲ ਪਲਾਨ ਬਣਾਇਆ ਸੀ ਵੀ ਜੇ ਅੱਜ ਦੀ ਤਰੀਕ ਦੇ ਵਿੱਚ ਅਸੀਂ ਸਾਰੇ ਹੀ ਪੰਜਾਬ ਦੇ ਕਿਸਾਨਾਂ ਨੂੰ ਮਸ਼ੀਨਰੀ ਦੇਣੀ ਹੋਵੇ ਜੋ ਮਾਨਯੋਗ NGT ਦਾ ਆਦੇਸ਼ ਸੀਗਾ, ਤਾਂ ਸਾਨੂੰ 11,000 ਕਰੋੜ ਰੁਪਏ ਦੀ ਲੋੜ ਪੈਂਦੀ ਹੈ। ਅਸੀਂ ਹਰ ਇੱਕ ਕੋਰਟ ਵਿੱਚ, ਹਰ ਇੱਕ ਭਾਰਤ ਸਰਕਾਰ ਦੇ ਮਹਿਕਮੇ ਵਿੱਚ 11,000 ਕਰੋੜ ਰੁਪਏ ਦਾ ਐਸਟੀਮੇਟ ਬਣਾ ਕੇ ਸਬਮਿਟ ਕੀਤਾ।
ਔਰ ਅਸੀਂ ਇਹ ਵੀ ਕਿਹਾ ਵੀ ਇਹ ਸਬਸਿਡੀ ਤੇ ਨਹੀਂ, ਇਹਨੂੰ 100% ਗ੍ਰਾਂਟ ਤੇ ਦਿਓ, ਵੀ 100% ਜਿਹੜੀ ਕੀਮਤ ਹੈ ਮਸ਼ੀਨਾਂ ਦੀ ਉਹ ਭਾਰਤ ਸਰਕਾਰ ਦੇਵੇ, ਵੀ ਪੰਜਾਬ ਸਰਕਾਰ ਨੂੰ ਵੀ ਨਾ ਕੁਛ ਪਾਉਣਾ ਪਵੇ, ਭਾਰਤ ਸਰਕਾਰ ਪਾਵੇ ਤੇ ਜ਼ਮੀਂਦਾਰ ਨੂੰ ਵੀ ਨਾ ਕੁਛ ਪਾਉਣਾ ਪਵੇ ਜੇ, ਕਿਉਂਕਿ ਉਹਨੇ ਅੱਗੇ ਉਹਨੂੰ ਚਲਾਉਣਾ ਹੈ, ਉਹਦਾ ਚਲਾਉਣ 'ਤੇ ਵੀ ਖਰਚਾ ਆਉਣਾ। ਫਿਰ ਸਾਡਾ ਇੱਥੇ ਕੋਰਟਾਂ ਦੇ ਵਿੱਚ ਮਜ਼ਾਕ ਹੋਇਆ ਇਸ ਗੱਲ ਦਾ ਵੀ ਪੰਜਾਬ ਐਡਾ ਸੂਬਾ ਅੱਗੇ ਵਧਿਆ ਸੂਬਾ ਹੈ, ਉਹ ਇੱਥੇ ਆ ਕੇ 11,000 ਕਰੋੜ ਦੀ ਡਿਮਾਂਡ ਕਰਦਾ ਹੈ। ਬੜੀਆਂ ਗੱਲਾਂ ਹੋਈਆਂ, ਫਿਰ ਦੁਬਾਰਾ ਪਲਾਨ ਬਣੇ ਕਿ ਵੀ ਅਸੀਂ ਬਜਾਏ ਇੱਕ ਇੱਕ ਜ਼ਿਮੀਂਦਾਰ ਨੂੰ ਮਸ਼ੀਨ ਦੇਈਏ, ਉਹਦੀ ਆਊਟਪੁੱਟ ਕੁਛ ਨਹੀਂ ਹੈਗੀ, ਉਹ 10 ਏਕੜ ਜਾਂ 5 ਏਕੜ ਕਰਕੇ ਮਸ਼ੀਨ ਨੂੰ ਘਰ ਰੱਖ ਦੇਗਾ, ਉਹਦਾ ਕੋਈ ਫਾਇਦਾ ਨਹੀਂ, ਸਾਲ ਬਾਅਦ ਉਹਨੇ ਕੰਮ ਆਉਣਾ। ਫਿਰ ਇਹ ਪਲਾਨ ਬਣਾਇਆ ਗਿਆ ਕਿ ਇੱਕ ਮਸ਼ੀਨ ਨੂੰ ਬਾਕੀ ਹੋਰ ਕਿਸਾਨਾਂ ਦੇ ਵਿੱਚ ਚਲਵਾਇਆ ਜਾਵੇ। ਫਿਰ ਅਸੀਂ ਉਹਨੂੰ 1600 ਕਰੋੜ ਰੁਪਏ 'ਤੇ ਲੈ ਕੇ ਆਏ, 1650 ਕਰੋੜ ਦੇ ਉੱਪਰ, ਕਿ ਜੇ 1650 ਕਰੋੜ ਰੁਪਏ ਦੀ ਮਸ਼ੀਨਰੀ ਭਾਰਤ ਸਰਕਾਰ ਸਾਨੂੰ 100% ਗ੍ਰਾਂਟ 'ਤੇ ਦੇ ਦੇਵੇ ਅਤੇ ਅਸੀਂ ਜ਼ਿਮੀਂਦਾਰਾਂ ਨੂੰ ਇਸ ਢੰਗ ਨਾਲ ਦੇਵਾਂਗੇ ਵੀ ਜਿਹੜੀਆਂ ਸੁਸਾਇਟੀਆਂ ਨੇ ਅਤੇ ਕੁਛ ਪ੍ਰਾਈਵੇਟ ਜ਼ਿਮੀਂਦਾਰਾਂ ਦੇ ਵਿੱਚੋਂ ਅਸੀਂ ਇਹੋ ਜਿਹੇ ਬੈਂਕ ਬਣਾਵਾਂਗੇ ਜਿਹੜੇ ਮਸ਼ੀਨਾਂ ਰੱਖਣਗੇ ਔਰ ਦੂਸਰਿਆਂ ਦੀ ਕੰਮ ਕਰਨਗੇ, ਆਪਣਾ ਕਿਰਾਇਆ ਲੈਣਗੇ, ਨਾਲੇ ਉਹਨਾਂ ਦਾ ਰੁਜ਼ਗਾਰ ਵਧੇਗਾ, ਨਾਲੇ ਜਿਹੜੇ ਨੌਜਵਾਨ ਨੇ ਉਹ ਆਪਦੇ ਕੰਮ ਦੇ ਵਿੱਚ ਬਿਜ਼ੀ ਰਹਿਣਗੇ, ਹੋਰ ਇੱਧਰ ਉੱਧਰ ਧਿਆਨ ਨਹੀਂ ਜਾਏਗਾ। ਔਰ ਇੱਕ ਖੇਤੀ ਜਿਹੜੀ ਸਾਡੀ ਮਕੈਨੀਕਲ ਖੇਤੀ ਹੈ, ਇਹਦੇ ਵਿੱਚ ਇੱਕ ਇੰਟਰਸਟ ਬਣਿਆ ਰਹਿੰਦਾ ਹੈ, ਕਿਉਂਕਿ ਜਿਹੜੇ ਨੌਜਵਾਨ ਨੇ ਉਹ ਵੇਖਿਆ ਗਿਆ ਵੀ ਪੁਰਾਣੀ ਖੇਤੀ ਨਹੀਂ ਕਰਦੇ, ਉਹ ਆਪਣਾ ਟਰੈਕਟਰ ਅੱਗੇ ਤੋਂ ਅੱਗੇ, ਉਹਨਾਂ ਨੂੰ ਇਹ ਵੀ ਹੈ ਵੀ ਏਸੀ ਕੈਬਨ ਬਣ ਜਾਏ ਟਰੈਕਟਰ ਦੀ, ਇਹ ਥੋੜ੍ਹਾ ਇੱਕ ਰੁਝਾਨ ਜਨਰੇਸ਼ਨ ਦੇ ਵਿੱਚ ਗੈਪ ਆਉਂਦਾ। ਪਰ ਮੇਰਾ ਜਿਹੜਾ ਸਵਾਲ ਹੈ ਉਹ ਬਹੁਤ ਹੀ ਸੌਖਾ ਹੈ ਜੀ, ਮਤਲਬ ਇਹ ਤੁਹਾਨੂੰ ਲੱਗ ਸਕਦਾ ਕਿ ਵੀ ਮੈਂ ਇੱਦਾਂ ਦਾ ਸਵਾਲ ਪੁੱਛਦਾ, ਮੈਂ ਦਿੱਲੀ ਬੈਠ ਕੇ ਸਵਾਲ ਪੁੱਛ ਰਿਹਾ, ਸਾਨੂੰ ਦਿੱਲੀ ਬੈਠ ਕੇ ਥੋੜ੍ਹੀ ਜਿਹੀ ਗੱਲ ਘੱਟ ਸਮਝ ਆਉਂਦੀ ਹੈ। ਮੈਂ ਇਹ ਸਮਝਣਾ ਚਾਹੁੰਦਾ ਕਿ ਜੇ ਤੁਸੀਂ ਸਾਰਾ ਕੁਛ ਦੇ ਰਹੇ ਹੋ ਕਿਸਾਨ ਨੂੰ ਤੇ ਕਿਸਾਨ ਦਾ ਕੋਈ ਖਰਚਾ ਵੀ ਨਹੀਂ ਆ ਰਿਹਾ, ਠੀਕ ਪੁੱਛ ਰਹੇ ਹੋ, ਮੈਂ ਤੁਹਾਨੂੰ ਤੇ ਤੁਸੀਂ ਮੇਰਾ ਠੀਕ ਜਵਾਬ ਦੇ ਰਹੇ ਹੋ, ਦੱਸ ਰਹੇ ਹਾਂ ਵੀ ਅਸੀਂ ਇਹ ਪਲਾਨ ਬਣਾਇਆ ਵੀ 1 ਸਾਲ ਵਿੱਚ ਜੇ ਮਸ਼ੀਨਰੀ ਲਿਆ ਕੇ ਮੁਫਤ 'ਚ ਵੀ ਖੜੀ ਕਰ ਦਿਓ ਤਾਂ ਵੀ ਜ਼ਿਮੀਂਦਾਰ ਨੂੰ ਨਹੀਂ ਚਲਾਏਗਾ, ਕਿਉਂਕਿ ਉਹਦਾ ਮਨ ਹੀ ਨਹੀਂ ਮੰਨਿਆ ਅਜੇ ਉਹ ਮਸ਼ੀਨਾਂ ਚਲਾਉਣ ਦੇ ਬਾਰੇ ਗੱਲ ਕਰਦਾ। ਮੈਂ ਨਾ ਦੋ ਟਿੱਪਣੀਆਂ ਜਿਹੜੀਆਂ ਸਾਡੇ, ਮੇਰੀ ਬੇਨਤੀ ਇਹੀ ਸੀ ਗੱਲ ਨੂੰ ਸਾਡੀ ਨੂੰ ਸੁਣੋ, ਪਹਿਲਾਂ ਸਾਡੀ ਬੇਨਤੀ ਸੁਣੋ ਵੀ ਮਸ਼ੀਨਾਂ ਜਿਹੜੀਆਂ ਨੇ ਜੇ ਮੁਫਤ 'ਚ ਵੀ ਖੜੀ ਕਰਤੀਆਂ ਜਾਣ ਤਾਂ ਵੀ ਨਹੀਂ ਲੋਕ ਚਲਾਉਣਗੇ। ਅਸੀਂ ਇਸ ਕਰਕੇ ਸਾਡੇ ਦੋ ਦਰਸ਼ਕਾਂ ਦੀ ਜਿਹੜੀ ਟਿੱਪਣੀ ਆ ਉਹ ਮੈਂ ਜਰਾ ਤੁਹਾਨੂੰ ਪੜ੍ਹ ਕੇ ਦੱਸ ਦਿੰਦਾ। ਹੁਣ ਇਹ ਮੈਂ ਨਹੀਂ ਕਹਿ ਰਿਹਾ, ਇਹ ਦੋ ਦਰਸ਼ਕ ਕਹਿ ਰਹੇ ਨੇ। ਇੱਕ ਕਹਿੰਦਾ ਕਿ ਸਬਸਿਡੀ ਸਿਰਫ ਇੱਕ ਰਾਜਨੀਤਿਕ ਪੈਂਤੜਾ ਹੀ ਹੈ, ਲਾਲ ਫੀਤਾਸ਼ਾਹੀ ਬਾਰੇ ਵੀ ਪੁੱਛੋ, ਇਹ ਹਰਸ਼ ਕੁਮਾਰ ਭੱਲਾ ਜੀ ਨੇ। ਤੇ ਇੱਕ ਰਮਨਦੀਪ ਸਿੰਘ ਨੇ, ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਢੁਕਵੇਂ ਹੱਲ ਕੱਢਣਾ ਚਾਹੀਦਾ ਤੇ ਕਿਸਾਨ ਵੀਰਾਂ ਨੂੰ ਵੀ ਪ੍ਰਦੂਸ਼ਣ ਘੱਟ ਕਰਨ 'ਚ ਸਾਥ ਦੇਣਾ ਚਾਹੀਦਾ, ਤੇ ਇਹ ਤੇ ਠੀਕ ਗੱਲ ਹੈ। ਪਰ ਜਿਹੜੀ ਤੁਸੀਂ ਇਹ ਗੱਲ ਕਹੀ ਹੈ ਕਿ ਵੀ ਜਿਹੜੇ ਕਿਸਾਨ ਨੇ ਇੱਕ ਪਾਸੇ ਤੇ ਤੁਸੀਂ ਇਹ ਕਹਿ ਰਹੇ ਹੋ ਕਿ ਵੀ ਕਿਸਾਨ ਜੇ ਉਹਨਾਂ ਕੋਲ ਜ਼ਮੀਨ ਖੜੀ ਵੀ ਹੋਵੇ ਮਸ਼ੀਨ ਖੜੀ ਵੀ ਹੋਵੇ ਤੇ ਉਹਦੀ ਵਰਤੋਂ ਨਹੀਂ ਕਰਨਗੇ, ਦੂਜੇ ਪਾਸੇ ਇਹ ਕਹਿ ਰਹੇ ਨੇ ਕਿ ਵੀ ਪੰਜਾਬ ਦਾ ਕਿਸਾਨ ਇੰਨਾ ਉੱਦਮੀ ਹੈ ਕਿ ਜੇ ਉਹਦੇ ਕੋਲ ਜ਼ਮੀਨ ਮਸ਼ੀਨ ਹੋਊਗੀ ਤੇ ਉਹ ਉਹਦੀ ਵਰਤੋਂ ਕਰੂਗਾ। ਹੁਣ ਦਲਜੀਤ ਜੀ, ਮੈਂ ਇੱਕ ਗੱਲ ਇਹਨਾਂ ਦੀ ਕਰੈਕਟ ਕਰਦਾ, ਮਹਿਕਮਾ ਇਹਨਾਂ ਦਾ ਜੀ 35 ਲੱਖ ਹੈਕਟੇਅਰ ਰਕਬੇ 'ਚ ਇਸ ਵੇਲੇ ਝੋਨਾ ਬੀਜਿਆ, ਜਿਹਦੇ 'ਚ 4.5 ਕਹਿੰਦੇ ਨੇ ਬਾਸਮਤੀ ਦਾ, ਉਹ ਕੱਢ ਦਿਓ 35 ਲੱਖ ਹੈਕਟੇਅਰ ਰਕਬੇ ਵਿੱਚ ਹੈ ਝੋਨਾ, 25 'ਚ ਨਹੀਂ ਹੈ। ਇੱਕ ਗੱਲ, ਦੂਸਰੀ ਗੱਲ ਜਿਹੜੀ ਪਹਿਲਾਂ ਤੁਸੀਂ ਕਲੈਰੀਫਾਈ ਕਰਾਉਣਾ ਚਾਹੁੰਦੇ ਸੀ, ਮੈਂ ਬੜਾ ਸਪਸ਼ਟ ਹੋ ਦੱਸਦਾ ਤੁਹਾਨੂੰ, ਜਿਹੜੀ ਮਸ਼ੀਨਰੀ ਮਹਿੰਗੀ ਕਿਉਂ ਪੈਂਦੀ ਹੈ, ਲਾਲ ਫੀਤਾ ਸ਼ਾਹੀ ਦਾ ਗੱਲ ਕਿਸੇ ਦਰਸ਼ਕ ਨੇ ਗੱਲ ਕੀਤੀ ਹੈ, ਤੁਸੀਂ ਮੈਨੂੰ ਬਿਲਕੁਲ ਐਗਜੈਕਟਲੀ ਉਹੀ ਦੱਸਦਾ। ਹਾਲ ਇਹ ਹੋ ਗਿਆ ਹੇਠਲੇ ਪੱਧਰ 'ਤੇ ਜਾਂ ਉੱਪਰਲੇ ਪੱਧਰ 'ਤੇ ਹਰ ਲੈਵਲ 'ਤੇ ਇੱਕ ਲੈਵਲ ਦੀ ਕਰਪਸ਼ਨ ਹੈ। ਮੈਂ ਸਬਸਿਡੀ ਲੈਣੀ ਹੈ, ਜਦੋਂ ਮੈਂ ਜਾਣਾ, ਦੋ ਗੱਲਾਂ ਹੁੰਦੀਆਂ ਨੇ, ਇੱਕ ਤਾਂ ਜਿਹੜਾ ਮੈਨੂਫੈਕਚਰਰ ਹੈ ਮਸ਼ੀਨ ਦਾ, ਉਹਨੂੰ ਪਤਾ ਵੀ ਮੈਂ ਚੈੱਕ ਲੈਣ ਜਾਣਾ, ਮੈਨੂੰ ਉਹਦਾ ਹਿੱਸਾ ਦੇਣਾ ਪੈਣਾ, ਮੈਂ ਵਿਚਾਲੇ ਟੋਕ ਕੇ, ਕਿਉਂਕਿ ਸਾਡੇ ਕੋਲ ਜਿਹੜਾ ਬਹੁਤ ਹੀ ਘੱਟ ਟਾਈਮ ਰਹਿ ਗਿਆ, ਮੈਂ ਵਿਚਾਲੇ ਟੋਕ ਕੇ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਵੀ ਮੰਨ ਲਓ ਮੈਂ 5 ਏਕੜ ਦਾ ਕਿਸਾਨ ਹੈ, 5 ਕਿੱਲਿਆਂ ਵਾਲਾ ਕਿਸਾਨ ਹੈ ਜਿਹੜਾ 70% ਆ ਪੰਜਾਬ ਦੀ ਆਬਾਦੀ, ਜਿਹੜੀ ਸਬਸਿਡੀ ਹੈ ਜੇ ਉਹ ਨਾ ਵੀ ਲੈਣੀ ਹੋਵੇ ਤੇ ਮੈਨੂੰ ਕਿੰਨੇ ਦੀ ਮਸ਼ੀਨਰੀ ਪਊਗੀ, ਮੈਨੂੰ ਕਿੱਲੇ ਪਿੱਛੇ ਕੀ ਫਰਕ ਪੈਂਦਾ, ਤਾਂ ਕਿ ਮੈਂ ਬਾਅਦ 'ਚ ਆਪ ਹੀ ਅੰਦਾਜ਼ਾ ਲਾ ਲਵਾਂ ਕਿ ਸਬਸਿਡੀ ਉਹ 30% ਦਿੰਦੇ ਨੇ, 40% ਦਿੰਦੇ ਨੇ, ਮੇਰਾ ਕਿੰਨਾ ਖਰਚਾ ਆਊਗਾ, ਉਹ ਸਮਝਾਓ ਮੈਨੂੰ। ਦੇਖੋ, ਜਿਹੜਾ 5 ਕਿੱਲੇ ਵਾਲਾ ਕਿਸਾਨ ਆ, ਉਹਦੀ ਤਾਂ ਕਪੈਸਿਟੀ ਹੀ ਨਹੀਂ, ਅੱਜ ਸੁਇਸਾਈਡਸ ਹੋ ਰਹੀਆਂ, ਸਾਰੇ ਕਰਜ਼ੇ 'ਚ ਫਸੇ ਨੇ, ਉਹਦਾ ਖਰੀਦ। ਪਰ ਮੈਨੂੰ ਤੁਸੀਂ ਇਹ ਦੱਸੋ ਕਿ ਵੀ ਰੁਪਈਆਂ ਦੇ ਵਿੱਚ ਉਹਨੂੰ ਕਿਵੇਂ ਕੈਲਕੂਲੇਟ ਕੀਤਾ ਜਾਵੇ, ਜਿਹੜਾ ਪ੍ਰੋਸੈਸ ਅੱਜ ਪਰਾਲੀ ਨੂੰ ਸੰਭਾਲਣ ਦਾ ਕਹਿੰਦੇ ਨੇ, ਉਹਦੇ ਲਈ ਇੱਕ ਰੋਟਾਵੇਟਰ ਚਾਹੀਦਾ 1,00,000 ਰੁਪਈਏ ਦਾ, ਫਿਰ ਇੱਕ ਮਲਚਰ ਚਾਹੀਦਾ 1,70,000 ਦਾ, ਜਿਹੜੇ ਹੈਗੇ ਨੇ ਰਿਵਰਸੀਬਲ ਪਲਾਓ ਉਹ 2,60,000 ਦੇ ਨੇ, ਇਹਨਾਂ ਨੂੰ ਚਲਾਉਣ ਵਾਸਤੇ ਛੋਟਾ ਟਰੈਕਟਰ ਨਹੀਂ ਕੰਮ ਕਰਦਾ, 4x4 65 ਹਾਰਸ ਪਾਵਰ ਤੋਂ ਵੱਡਾ ਚਾਹੀਦਾ, ਇਹ 10 ਲੱਖ ਤੋਂ ਉੱਤੇ ਉਹ ਹੈ। ਇਸ ਤਰ੍ਹਾਂ 15 ਲੱਖ
लाख समथिंग, हाँ 15 लाख समथिंग एक किसान की कपैसिटी नहीं खर्चन की, और फिर एक बार ये मशीनरी वरती जानी वो बाद फिर पई रहनी है चार दिन वास्ते, किदे कोल इन्ना पैसा है जिहड़ा किसान इनवैसट कर सकेगा। एक तो समस्या ये है भी किसानों के पल्ले इन्ने पैसे नहीं इनवैसमेंट कर लूँ। दूसरी गल प्रोसेस इन्ना लंबा है साढ़े को जिहड़े झोना वढ़ के कणक बीजन वास्ते जिहड़ा समय वह बहुत थोड़ा है, जिन्हें आलू लाने ने उहदे वास्ते तो होर भी थोड़ा है, 7 दिन का 8 दिन का समा हुंदा है, तो 20 दिन असीं कणक वढ़ झोना वढ़ के तैयार करके फसल कणक बीजनी होंदी है, जिन्नी लेट हो जाएगी उन्ना फिर उहदा झाड़ घटेगा। हुण ये जिहड़ा प्रोसेस ये कहिंदे ने उहदे नाल 20 दिन खेत नहीं तैयार होंदे, और इन्नी वड्डी पद्धर ते ना तो अज साढ़े कोल इन्नियां मशीनां ने अवेलेबल, मार्केट च अवेलेबल नहीं, ना कोई इन्ने मैनुफैक्चरर इन्ना छेती तैयार कर सकते ने। यह सारिया गल्लां बिना सोचे समझे बिना प्रैक्टिकल डिफिकल्टीज डिस्कस किए, तो जे 2015 का फैसला होया सी अज किसानां दे मंगर मगर डांग कढ़ी है, सरकार नूं अपनी गलती एक्नोलेज करनी चाहिए है। मनमोहन जी उन्होंने जिहड़ी यह गिणती करके दसी है कि भी जे तुसीं यह नाड़ विच क्योटनी होवे खेत दे ते तुहानूं 16 लाख रुपये की मशीनरी चाहिए आ, जिहड़ा यह 16 लाख रुपया हैगा वह निवेश जिहड़ा हैगा वह 5 किले वाला बंदा तक कर नहीं सकता। मैं देखो इन्हां दी जिहड़ी किसानी दी या जिमीदारां दी जिहड़ी इन्हां दी अपनी एक महारता है, मैं उन्होंने चैलेंज तो नहीं करता, बट मैं ये जरूर कहना चाहवागा भी हर एक इंप्लीमेंटली 4x4 ट्रैक्टर की जरूरत नहीं है, ये जरूर है भी रोटावेटर चलाने लिए नहीं, रोटावेटर लिए नहीं लोड़ है, मल्चर नहीं लोड़ हैगी, सिर्फ जो असी एक पलाओ है जिसे 3 बॉटम पलाओ होंगे जे वह चलाना पै जाए 3 बॉटम का जिदी लोड़ नहीं, अलग अलग एक 2.5 लाख का है कंपनी का, वह जर्मन तो आंदा है, महंगा स्टील है इस करके 2.5 लाख का पैंदा है, वो नाल दे इंडिया च बन गए ने 1.5 लाख दे, तुहाडी गिणती कर ली एक बार 2.5 लाख रुपए का तुसीं उह दस्सिया 1.5 लाख, मैं नहीं कह गया, मैं सब तो जिहड़ा साडा पंजाब सरकार का या खेतीबाड़ी विभाग का अपना प्लान नहीं हैगा, इहनू बकायदा खेतीबाड़ी यूनिवर्सिटी जिहड़ी लुधियाणा है उन्होंने नाल मिक्स उन्होंने नाल मिल के प्लान बनाया गया। मैं जिहड़ी गल समझनी चाह रहा कि भी जिहड़ा तुसीं खेतीबाड़ी दे माहर हो, तुसीं खेतीबाड़ी दीआं नीतियां लागू करनियां ने, उन्होंने एक अंदाजा दस्सिया कि भी घट्टो घट्ट जिहड़ी मशीनरी आ उह 16 लाख रुपये दी आ, तुसीं कह रहे हो कि उह 16 दी नहीं हैगी, मैनूं अंदाजा दे दिओ कि उह 10 दी है, 8 दी है, 5 दी है। सब तो वड्डा हल असीं इह कह रहे हां भी 25 लाख हैक्टेयर चौल दे एरिए दे विच साढ़े कोल 30 लाख हैक्टेयर दे विच असी कणक बीजनी हुंदी है, कणक बीजन लई जिहड़ी असी हैप्पी सीडिंग टकनीक दी गल कर रहे हैं, हैप्पी सीडिंग टकनीक सब तो सस्ती पैंदी है, 1.25 लाख दे करीब उहदा हैप्पी सीडर दी कीमत है, पर उहदे लई 45 हॉर्सपावर दा ट्रैक्टर चाहीदा और कोई 4x4 ट्रैक्टर नहीं चाहीदा, ठीक है। मैं खुद उहदे ते काम करदा आ रहा कई सालां तों और असी ये वेख्या भी जिहड़े जिमीदार इन्हां दे विचों ही जिमीदार ने जिन्होंने उन्हों अपनाया, हाँ पहला औखा होया उन्होंने लग्या भी ये मुश्किल है, असी उन्हां नाल जुड़े गए, उन्होंने उस रकबे नूं 1 एकड़ तो 100-100 एकड़ तक 200-200 एकड़ तक भी लै गए। किन्ने किसान ने ते किन्ना रकबा उस किन्ने ने गिणती दसो मैनूं। मैं मानदा घट ने, मैं यही कहना चाह रहा सी भी खेतीबाड़ी यूनिवर्सिटी नूं जदों ये टास्क ने घट दा तुसीं मैनूं अंदाजा दस दो कि भी मोटा जिहा अंदाजा दस दो कि 20,000 तो 50,000 है, 5 लाख तो 7 लाख है, क्योंकि कोर्ट च सब कुछ दसना पैंदा, 600 हैप्पी सीडर पंजाब च अज तक यूज च सीगा, उहदे विचों भी 50-60 जिहड़े आ उह नहीं सी यूज हो गए, जिहड़े सोसाइटियां नूं दित्ते सी उहनां विचों साडे नाल ये तजर्बा होया भी सोसाइटियां नूं फ्री च दित्ते गए हैप्पी सीडर, पर ਉਹ ਸੁਸਾਇਟੀਆਂ ਵਿੱਚੋਂ ਕਿਸੇ ਵੀ ਜ਼ਿਮੀਦਾਰ ਨੇ ਐਪੀਸੀਡ ਦੀ ਮੰਗ ਹੀ ਨਹੀਂ ਕੀਤੀ, ਉਹਨੂੰ ਇਸਤੇਮਾਲ ਹੀ ਨਹੀਂ ਕੀਤਾ। ਤੁਸੀਂ ਸਾਡੇ ਨਾਲ ਜੁੜੇ ਮਨਮੋਹਨ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਰਾਜਵਾਲ ਜੀ ਤੁਸੀਂ ਸਾਡੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ। ਕੁਝ ਗੱਲਾਂ ਜਿਹੜੀਆਂ ਬਹੁਤ ਸਪਸ਼ਟ ਹੋਈਆਂ ਨੇ, ਜਿਵੇਂ ਇਹਨਾਂ ਨੇ ਕਿਹਾ ਕਿ ਅਸੀਂ ਕਿੰਨੀ ਗਿਣਤੀ ਦੇ ਵਿੱਚ ਇਹ ਹੈਪੀ ਸੀਡਰ ਦਿੱਤੇ, ਪੰਜਾਬ ਦੇ ਵਿੱਚ ਇਸ ਵੇਲੇ 12,576 ਪਿੰਡ ਨੇ, ਉਹਨਾਂ ਪਿੰਡਾਂ ਦੇ ਵਿੱਚ ਇਹ ਹੈਪੀ ਸੀਡਰ ਕੀ ਕਰ ਸਕਦੇ ਨੇ ਕੀ ਨਹੀਂ ਕਰ ਸਕਦੇ ਨੇ ਇਹਦਾ ਇੱਕ ਅੰਦਾਜ਼ਾ ਹੈ। ਬਾਕੀ ਦੂਜੀ ਗੱਲ ਹੈ ਕਿਉਂਕਿ ਦੋਨੇ ਮਾਹਰ ਅੱਜ ਇਸ ਵੇਲੇ ਅਦਾਲਤ ਦੇ ਵਿੱਚੋਂ ਆਏ ਨੇ, ਇਹ ਇੱਕ ਦੂਜੇ ਨਾਲ ਕਾਫੀ ਖਫਾ ਨੇ, ਇਸ ਗੱਲ ਬਾਰੇ ਸਹੀ ਅੰਦਾਜ਼ਾ ਲੈਣ ਲਈ ਤੁਸੀਂ ਆਲੇ ਦੁਆਲੇ ਥੋੜ੍ਹਾ ਬਹੁਤਾ ਪੜ੍ਹ ਲਿਓ ਅਤੇ ਦੇਖ ਲਿਓ ਕਿ ਕਿਸਾਨਾਂ ਦੀਆਂ ਕੀ ਸਮੱਸਿਆਵਾਂ ਨੇ, ਸਰਕਾਰ ਦੀਆਂ ਕੀ ਸਮੱਸਿਆਵਾਂ ਨੇ ਅਤੇ ਇਹ ਕਿਵੇਂ ਹੱਲ ਹੋ ਸਕਦੀਆਂ ਨੇ। ਤੁਸੀਂ ਸਾਡੇ ਨਾਲ ਜੁੜੇ, ਅਸੀਂ ਤੁਹਾਡੇ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ।